ਅਸਲਾਮੁਅਲੈਕੁਮ ਜੀ, ਮੈਂ ਤੁਹਾਡਾ ਭਰਾ ਨਈਮ ਅਸ਼ਰਫ ਜੀ। ਲਓ ਜੀ, ਅਸੀਂ ਅੱਜ ਖੇਡਣ ਚੱਲੇ ਚੁੱਕ ਡੰਡਾ। ਤੁਹਾਨੂੰ ਦੱਸ ਰਿਹਾ ਚੁੱਕ ਡੰਡਾ ਕਿਵੇਂ ਖੇਡੀਦਾ ਹੈ ਭਾਈ ਜੀ, ਦੱਸੋ। ਵਾਹ ਬਿਲਕੁਲ ਜੀ, ਬਾਕੀ ਸਾਥੀ ਸਾਡੇ ਗਰਾਊਂਡ 'ਚ ਪਹੁੰਚ ਗਏ, ਨਹੀਂ ਥੋੜਾ ਲੇਟ ਹੋ ਗਏ। ਅਸੀਂ ਲੇਟ ਹੋ ਗਏ, ਅਸੀਂ ਅਗਾ ਲੋਕ ਦੀ ਵਈਆਂ ਤੋਂ ਥੋੜਾ ਜਿਹਾ ਅਸੀਂ ਅਗਾ ਚਲੋ ਟਾਈਮ ਚੱਲਿਆ, ਟਾਈਮ ਨਾਲ ਚੱਲਾਂ ਦੇ ਸਮੇਂ ਲੇਟ ਹੋ ਗਏ। ਚਲੋ ਜੀ, ਅਸੀਂ ਚੁੱਕ ਡੰਡੇ ਮੈਚ ਖੇਡਣ ਚੱਲੇ ਗਰਾਊਂਡ 'ਚ, ਬੇਲੀ ਸਾਡੇ ਪਹੁੰਚੇ ਨੇ, ਜਾ ਕੇ ਬਾਕੀ ਤੁਹਾਨੂੰ ਇਨਸ਼ਾਅੱਲਾ ਉੱਥੇ ਮਿਲਨੇ ਆ। ਇਨਨਾ ਲਿਲਾਹੀ ਵਾ ਇਨਨਾ ਲਿਲਾਹੀ। ਲਓ ਜੀ, ਅਸੀਂ ਪਹੁੰਚ ਗਿਆ ਗਰਾਊਂਡ ਦੇ ਵਿੱਚ ਤੇ ਹੁਣ ਮੁੰਡਿਆਂ ਨੂੰ ਪੁੱਛਿਆ, ਦੱਸਦੇ ਆ ਸਾਨੂੰ ਵੀ ਖਰਾਓ ਤੇ ਨਹੀਂ ਖਰਾਣੇ, ਨਾ ਖਰਾਵਾਂ ਤੇ ਅਸੀਂ ਰੋਲਾ ਪਾ ਰਿਆਂ ਨਹੀਂ ਖੜਾਣਾ। ਅਸੀਂ ਰੋਲਾ ਪਾ ਰਿਆਂ ਨਹੀਂ ਖੜਾਣਾ, ਅਸੀਂ ਖੜੇ ਤਨਾਂ ਅਸੀਂ ਖੇਡਣ ਨਹੀਂ ਦੇਣਾ। ਲਾਉਣ ਤੇ ਦੇਖ, ਸਾਨੂੰ ਨਾ ਇਹਨਾਂ ਖਰਾਇਆ ਸੀ, ਅਸੀਂ ਖੇਡਣ ਨਹੀਂ ਦੇਣਾ। ਬਾਤ ਮੇਰੇ ਅੰਨੇ ਰੋਲਾ ਪਾ ਰਿਆਂ ਨੇ ਆ ਕੇ ਸਾਰੀ ਬਾਹ ਮਾਈ ਹੈ ਨਾ, ਅੱਜ ਖੇਡਦੇ ਆ ਕਈ ਵਾਲੀ ਲਾਲਾ ਵਾਲੀ ਲਾਲਾ ਤੇ ਚੁੱਕ ਡੰਡਾ ਖੇਡ ਰਹੇ ਨੇ ਤੇ ਲੰਮਾ ਬਾਬਾ ਅੱਜ ਹੁਣ ਟੀਮ ਆ ਰਹੀ ਹੈ ਨਾ ਇਨਸ਼ਾਅੱਲਾ ਜੀ। ਭਾਈਆਂ ਨੂੰ ਪੁੱਛਣੇ ਆ ਕੁਝ, ਚੁੱਕ ਡੰਡਾ ਕੀ ਹੁੰਦਾ, ਮੈਚ ਕਿਸ ਤਰ੍ਹਾਂ ਦਾ ਹੁੰਦਾ ਹੈ। ਭਾਈ ਬਹੁਤ ਅੱਛੇ ਪਲੇਅਰ ਨੇ, ਛਿਲੀ ਨੂੰ ਛਿਲੀ ਨੂੰ ਪੁੱਛੋ, ਛਿਲੀ ਨੂੰ ਪੁੱਛਣਾ ਜੀ। ਲਓ ਜੀ, ਇੱਧਰ ਮੈਚ ਖੇਡ ਰਹੇ ਨੇ, ਇੱਧਰ ਆ ਬੰਦੇ ਬੈਠੇ ਨੇ ਮੈਚ ਵੇਖਦੇ ਨੇ, ਪਤਾ ਨੀ ਕੀ ਕਰ ਰਹੇ, ਆਰਾਮ ਨਾਲ ਬੈਠਾ ਹੈ। ਆ ਭਾਈ ਕੀ ਕਰ ਰਹੇ ਜੇ? ਨਾ ਨਾ ਭਾਈ, ਤੇ ਉਸ ਤੋਂ ਬਾਅਦ ਆ ਹਵੇਲੀ ਹੈਗੀ ਆ, ਵੇਖੋ ਜੀ ਨਾਲ ਹਵੇਲੀ ਹੈ। ਕੋਈ ਭਾਈ ਮੋਬਾਈਲ ਚਲਾ ਰਿਹਾ, ਕੋਈ ਕੀ ਕਰ ਰਿਹਾ। ਲਓ ਜੀ, ਪ੍ਰੋਗਰਾਮ ਇਹਦਾ ਵੀ ਬਣ ਗਿਆ। ਲਓ ਜੀ, ਆ ਵੀ ਘਰ ਨੂੰ ਚਲਾ ਗਿਆ, ਆਊਟ ਹੋ ਗਿਆ। ਚਲ ਠੀਕ ਹੋ ਗਿਆ, ਅਸੀਂ ਜਾ ਰਹੇ ਹਾਂ ਭਾਈ ਕੋਲ ਪੁੱਛਣੇ, ਜਾ ਕੇ ਆ ਮੈਚ ਕਿਵੇਂ ਕਰਨਾ, ਬਾੜੀ ਕਿੰਨਾ ਸਕੋਰ ਕੀਤਾ ਜੇ ਭਾਈ, ਇਹ ਕਿੰਨਾ ਸਕੋਰ ਕੀਤਾ ਜੀ? 290। ਕੀ ਹਾਲ ਹੈ? 290 ਪਾ, 290 ਕੀਤਾ, ਇਹਨਾਂ ਕਿੰਨਾ ਕਰਨਾ ਹੈ? ਇਹਨਾਂ 2 ਪਰ ਆਏ ਪਰ ਆ ਗੇਂਦ ਆ ਗਈ ਏ ਤੇ ਇੱਕ ਬੰਦਾ ਉਹਨਾਂ ਦਾ ਆਊਟ ਹੋ ਗਿਆ, ਤੇ ਮੈਨੂੰ ਕਿਹੜੇ ਟਾਈਮ ਵਾਰੀ ਮਿਲੇ ਇਸ ਤੋਂ ਬਾਅਦ? ਤੈਨੂੰ ਪੰਜਵੇਂ ਨੰਬਰ ਤੇ ਮੇਰੀ ਵਾਰੀ ਹੈ ਜੀ, ਉਸ ਤੋਂ ਬਾਅਦ ਤੁਹਾਨੂੰ ਵੀਡੀਓ ਨਾਲ ਜੁੜਿਆ ਰਿਹਾ ਜੇ ਤੇ। ਲਓ ਜੀ, ਆ ਜੀ ਬੰਦਾ ਲੱਗਾ, ਆ ਬਾਉਂਡਰੀ ਤੋਂ ਬਾਹਰ ਚਲੀ ਗਈ ਗੇਂਦ, ਖੇਡਦੇ ਨੇ ਜੀ ਮੈਚ। ਲਓ ਜੀ, ਆਊਟ ਹੋ ਗਿਆ।